ਸਤਿਗੁਰ ਨਰਵਾਰ ਵਿੱਚ ਜਿਤ ਮਿਲਿਆ ਤਿਸ ਨਾ ਭੁੱਖ ਉਤਰੈ ਹਰ ਸਾਤ ਪੜਿਆਵੈ ਨਾਨਕ ਇਹੋ ਅਚਰਜ ਦੇਖੋ ਮੇਰੇ ਹਰ ਸੱਚੇ ਸਾਖੈ ਜੇ ਸਤਿਗੁਰੂ ਨੋ ਮੰਨੈ ਸੋ ਸਭ ਨ ਪਾਵੈ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ ਆਪਣਾ ਆਪ ਨਾ ਪਛਾਣਈ ਹਰ ਤਵ ਜਾਤਾ ਦੂਰ ਗੁਰ ਕੀ ਸੇਵਾ ਵਿਸਰੀ ਕਿਉਂ ਮਨ ਰਹੇ ਹਜੂਰ ਰਾਗ ਬਿਲਾਵਲ ਕੀ ਵਾਰਦੀ ਤੇਰਵੀਂ ਪੌੜੀ ਸਲੋਕਾਂ ਨਾਲ। ਅੱਜ ਦੇ ਹੁਕਮਨਾਮੇ ਵਿੱਚ ਗੁਰੂ ਸਾਹਿਬ ਜੀ ਕਹਿ ਰਹੇ ਨੇ ਹੇ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਕਦੇ ਪਰਖਦਾ ਨਹੀਂ, ਉਹ ਪਰਮਾਤਮਾ ਨੂੰ ਕਿਤੇ ਦੂਰ ਵਸਦਾ ਸਮਝਦਾ ਹੈ, ਉਸ ਨੂੰ ਗੁਰੂ ਦੀ ਦੱਸੀ ਕਾਰ ਸਦਾ ਭੁੱਲੀ ਰਹਿੰਦੀ ਹੈ, ਇਸ ਵਾਸਤੇ ਉਸਦਾ ਮਨ ਪਰਮਾਤਮਾ ਦੀ ਹਜ਼ੂਰੀ ਵਿੱਚ ਕਦੇ ਨਹੀਂ ਟਿਕਦਾ। ਹੇ ਨਾਨਕ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਝੂਠੇ ਲਾਲਚ ਵਿੱਚ ਲੱਗ ਕੇ ਮਾਇਆ ਦੇ ਮੋਹ ਵਿੱਚ ਫਸ ਕੇ ਹੀ ਆਪਣਾ ਜੀਵਨ ਗਵਾ ਲਿਆ ਹੁੰਦਾ ਹੈ। ਜਿਹੜੇ ਮਨੁੱਖ ਸਿਵ ਸਲਾਹ ਵਾਲੇ ਗੁਰੂ ਸ਼ਬਦ ਦੇ ਰਾਹੀਂ ਪਰਮਾਤਮਾ ਦੀ ਹਜ਼ੂਰੀ ਟਿਕੇ ਰਹਿੰਦੇ ਹਨ, ਉਹਨਾਂ ਨੂੰ ਪਰਮਾਤਮਾ ਨੇ ਮਿਹਰ ਕਰਕੇ ਆਪਣੇ ਚਰਨਾਂ ਵਿੱਚ ਮਿਲਾ ਲਿਆ ਹੁੰਦਾ ਹੈ। ਹੇ ਭਾਈ, ਹਰੀ ਪ੍ਰਭੂ ਗੋਬਿੰਦ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਸਿਵ ਸਲਾਹ ਦਾ ਗੀਤ, ਉਸ ਦਾ ਨਾਮ ਗੁਰੂ ਦੀ ਸ਼ਰਨ ਪਿਆ ਮਿਲਦਾ ਹੈ। ਜਿਸ ਮਨੁੱਖ ਨੂੰ ਹਰੀ ਨਾਮ ਮਿਲਦਾ ਹੈ, ਹਰ ਵੇਲੇ ਹੀ ਨਾਮ ਸਿਮਰਦਾ ਰਹਿੰਦਾ ਹੈ ਅਤੇ ਪਰਮਾਤਮਾ ਦਾ ਨਾਮ ਸਿਮਰਦਿਆਂ ਉਸਦੇ ਮਨ ਵਿੱਚ ਆਤਮਕ ਆਨੰਦ ਬਣਿਆ ਰਹਿੰਦਾ ਹੈ। ਪਰ ਹੇ ਭਾਈ, ਪਰਮ ਆਨੰਦ ਦਾ ਮਾਲਕ ਪੂਰਨ ਪ੍ਰਭੂ ਪਰਮਾਤਮਾ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ। ਹੇ ਨਾਨਕ, ਆਖ ਜਿਨ੍ਹਾਂ ਦਾਸਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੇ ਮਨ ਵਿੱਚ, ਉਹਨਾਂ ਦੇ ਤਨ ਵਿੱਚ ਮੁੜ ਕਦੇ ਪਰਮਾਤਮਾ ਨਾਲ ਵਿੱਥ ਨਹੀਂ ਬਣਦੀ। ਜੇ ਕੋਈ ਮਨੁੱਖ ਪਹਿਲਾਂ ਗੁਰੂ ਦੀ ਨਿੰਦਿਆ ਕਰਨ ਵਾਲਾ ਹੋਵੇ ਪਰ ਫਿਰ ਗੁਰੂ ਦੀ ਸ਼ਰਨ ਆ ਜਾਏ ਤਾਂ ਸਤਿਗੁਰੂ ਉਸਦੇ ਪਿਛਲੇ ਅਗੁਣ ਬਖਸ਼ ਲੈਂਦੇ ਹਨ ਅਤੇ ਉਸਨੂੰ ਸਾਹ ਸੰਗਤ ਵਿੱਚ ਰਲਾ ਦਿੰਦੇ ਹਨ। ਹੇ ਭਾਈ, ਜਿਵੇਂ ਮੀਂਹ ਪਿਆ ਗਲੀਆਂ ਨਾਲੀਆਂ ਟੋਪਿਆਂ ਦਾ ਪਾਣੀ ਜਦੋਂ ਗੰਗਾ ਵਿੱਚ ਜਾ ਪੈਂਦਾ ਹੈ ਤਾਂ ਗੰਗਾ ਵਿੱਚ ਮਿਲਦਿਆਂ ਹੀ ਉਹ ਪਾਣੀ ਪੂਰਨ ਤੌਰ 'ਤੇ ਪਵਿੱਤਰ ਹੋ ਜਾਂਦਾ ਹੈ, ਤਿਵੇਂ ਨਿਰਵੈਰ ਸਤਿਗੁਰ ਵਿੱਚ ਵੀ ਇਹ ਗੁਣ ਹੈ ਕਿ ਉਸ ਗੁਰੂ ਨੂੰ ਮਿਲਿਆ ਮਨੁੱਖ ਦੀ ਮਾਇਆ ਦੀ ਤ੍ਰਹਿ, ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ ਅਤੇ ਉਸ ਦੇ ਅੰਦਰ ਪਰਮਾਤਮਾ ਦੇ ਮਿਲਾਪ ਦੀ ਠੰਡ ਤੁਰਤ ਪੈ ਜਾਂਦੀ ਹੈ। ਹੇ ਨਾਨਕ, ਆਖ ਹੇ ਭਾਈ, ਸਦਾ ਕਾਇਮ ਰਹਿਣ ਵਾਲੇ ਸ਼ਾਹ ਪਾਤਸ਼ਾਹ ਦਾ ਇਹ ਅਚਰਜ ਤਮਾਸ਼ਾ ਵੇਖੋ ਕਿ ਜਿਹੜਾ ਮਨੁੱਖ ਗੁਰੂ ਉੱਤੇ ਸ਼ਰਧਾ ਲਿਆਉਂਦਾ ਹੈ ਉਹ ਮਨੁੱਖ ਸਭਨਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ। ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।